ਚਿੱਟਾ ਹੁੰਗਾਰਾ ਮਿਲਿਆ ਵੱਡੀ ਗਿਣਤੀ 'ਚ ਜਿਹੜੇ ਪਰਿਵਾਰ ਨੇ ਸ਼ਾਮਿਲ ਹੋਏ ਨੇ। ਦੇਖੋ ਜਿੱਧਰ ਵੀ ਜਾਂਦਾ ਅੱਜ ਛੋਟੇ ਭਾਈ ਕੁਲਵੰਤ ਸਿੱਧੂ ਦੇ ਹਲਕੇ ਦੇ ਵਿੱਚੋਂ ਜਿਹੜੇ ਲੋਕ ਕਾਂਗਰਸ ਦੇ ਵਿੱਚ ਇੰਨੇ ਇੰਨੇ ਸਾਲਾਂ ਤੋਂ ਸੇਵਾ ਕਰਦੇ ਸੀਗੇ, ਉਹਨਾਂ ਨੇ ਅੱਜ ਛੱਡਤਾ ਵੀ ਗਿੱਦੜਵਾਏ ਤੋਂ ਲਿਆ ਕੇ ਸਾਨੂੰ ਲੋਕ ਦਿਖਾ ਰਹੇ ਆ, ਕਿਉਂਕਿ ਲੁਧਿਆਣੇ ਦੇ ਕਾਂਗਰਸੀਏ ਮੁੱਕ ਗਏ ਹੋਏ ਆ, ਖਤਮ ਹੋ ਗਏ ਹੋਏ ਆ। ਇਸ ਕਰਕੇ ਜਿਹੜੇ ਕਾਂਗਰਸੀਏ ਸਾਡੇ ਸੇਵਾ ਨੂੰ ਦੇਖਦੇ ਹੋਏ ਸਾਡੇ ਪਰਿਵਾਰ ਬਣੇ ਆ, ਸਾਡੇ ਪਰਿਵਾਰ ਦੇ ਮੈਂਬਰ ਆ, ਉਹ ਅੱਜ ਕਾਂਗਰਸ ਦੀ ਥਾਲੀ ਖਾਲੀ ਦੇਖ ਕੇ ਵੀ ਉਹਨਾਂ ਦੇ ਲੱਡੂ ਮੁੱਕ ਗਏ ਹੋਏ ਆ। ਇਸ ਕਰਕੇ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਵਾਧਾ ਕੀਤਾ ਇਹਨਾਂ ਨੇ, ਮੈਂ ਜੀ ਆਇਆਂ ਆਖਦਾ ਇਹਨਾਂ ਨੂੰ ਆਪਣੇ ਵੱਲੋਂ ਅਤੇ ਕੁਲਵੰਤ ਸਿੱਧੂ ਵੱਲੋਂ। ਸਰ ਗੱਲ ਕਰੀਏ ਪਟਿਆਲਾ ਦੇ ਵਿੱਚ ਜਿਹੜੇ ਬੀਜੇਪੀ ਦੇ ਉਮੀਦਵਾਰ ਬੀਬੀ ਪ੍ਰਵੀਨ ਕੌਰ ਨੇ, ਉਹਨਾਂ ਦਾ ਕਿਸਾਨਾਂ ਦੇ ਵੱਲੋਂ ਜਿਹੜਾ ਵਿਰੋਧ ਕੀਤਾ ਗਿਆ, ਕੀ ਕਹਿਣਾ ਚਾਹੁੰਦੇ? ਦੇਖੋ ਕਿਸਾਨ ਮਾਰੂ ਨੀਤੀਆਂ ਇਹ ਕੇਂਦਰ ਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਨੇ, ਇਹਨਾਂ ਨੂੰ ਇਹਨਾਂ ਨੀਤੀਆਂ ਨੂੰ ਪੰਜਾਬ ਦੇ ਲੋਕਾਂ ਨੇ ਆ 13 ਸੀਟਾਂ ਦੇ ਕੇ ਜਵਾਬ ਦੇ ਕੇ ਭੇਜਣਾ ਵਾ ਅੱਜ। ਅੱਛਾ ਮੈਂ ਕਿਹਾ ਜਿਸ ਤਰ੍ਹਾਂ ਹੁਣ ਅੱਜ ਜਿਹੜਾ ਮੈਂਬਰ ਉਹਨੂੰ ਉਮੀਦਵਾਰ ਐਲਾਨਿਆ ਗਿਆ ਵਾ ਰਾਜਾ ਪਟਿੰਗ ਨੂੰ, ਕਿੱਦਾਂ ਦੇਖਦੇ ਹੋ ਵੀ ਕਿੱਦਾਂ ਦਾ ਜਿਹੜਾ ਕੰਪੀਟੀਸ਼ਨ ਰਹੂਗਾ ਜੀ? ਇਹ ਲੋਕਾਂ ਨੇ ਹੀ ਦੱਸ ਦੇਣਾ ਲੁਧਿਆਣੇ ਦਿਆਂ ਨੇ। ਹਾਂਜੀ ਗਿੱਦੜਵਾਏ ਬਹੁਤ ਦੂਰ ਆ, ਹਾਂਜੀ ਲੋਕਾਂ ਨੂੰ ਜਾਣਾ ਗਿੱਦੜਵਾਏ ਸੌਖਾ ਥੋੜ੍ਹਾ ਲੱਗਣਾ, ਕਾਂਗਰਸ ਹੈ ਨਹੀਂ ਇੱਥੇ ਲੁਧਿਆਣੇ 'ਚ, ਇਹ ਲੋਕਾਂ ਨੇ ਹੀ ਜਵਾਬ ਦੇ ਦੇਣਾ। ਆ 4 ਦਿਨਾਂ ਨੂੰ ਦੇਖਿਓ ਉਹਨਾਂ ਨੇ ਤਾਂ ਹੋਟਲਾਂ 'ਚ ਬਹਿਣ ਆਏ ਆ ਅਤੇ ਲੋਕਾਂ ਕੋਲੋਂ ਹੁਣ ਇੰਡਸਟਰੀ ਆ ਬਹੁਤ ਜ਼ਿਆਦਾ, ਉਹਦਾ ਲੁਧਿਆਣੇ ਨੂੰ ਐਂ ਸਮਝਿਆ ਹੋਇਆ ਵੀ ਖਲਾਉਣਾ ਹੀ ਆ। ਪਹਿਲਾਂ 10 ਸਾਲ ਬਿੱਟੂ ਜੀ ਜਿੱਤ ਕੇ ਬੀਜੇਪੀ 'ਚ ਬਹਿ ਕੇ ਆ ਗਏ, ਹੁਣ ਇਹ ਉੱਥੋਂ ਗਿੱਦੜਵਾਏ ਤੋਂ ਇੱਥੇ ਆ ਗਿਆ। ਲੁਧਿਆਣੇ ਦੇ ਜੰਮਪਲ ਹੈ ਨਹੀਂ ਗੇ ਕੋਈ ਹੋਰ, ਲੁਧਿਆਣਾ ਸ਼ਹਿਰ 50 ਲੱਖ ਦੀ ਆਬਾਦੀ ਦਾ ਸ਼ਹਿਰ ਆ, ਇੱਥੋਂ ਕੋਈ ਕੈਂਡੀਡੇਟ ਨਹੀਂ ਸੀਗਾ। ਇਹ ਕਾਂਗਰਸੀਆਂ ਨੇ ਜਵਾਬ ਦੇ ਦੇਣਾ ਜਿਹੜੇ ਕੋਈ ਅਸਲ ਕਾਂਗਰਸ। ਜਿਹੜਾ 8,000 ਕਰੋੜ ਰੁਪਈਆ ਸਾਡੇ ਪੰਜਾਬੀਆਂ ਦਾ ਕੇਂਦਰ ਦੀ ਸਰਕਾਰ ਰੱਖੀ ਬੈਠੀ ਆ, ਮੈਂ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ ਜਿਹੜੇ ਬੀਜੇਪੀ ਵਾਲੇ ਇੱਥੇ ਵੋਟ ਮੰਗਦੇ ਫਿਰਦੇ ਆ ਜਾਂ ਜਿਹੜਾ ਬਿੱਟੂ ਗਿਆ ਭਾਜਪਾ 'ਚ, ਉਹਨੂੰ ਕਹਿ ਪਹਿਲਾਂ 8,000 ਕਰੋੜ ਰੁਪਈਆ ਲੈ ਕੇ ਆ ਮੋਦੀ ਤੋਂ, ਫਿਰ ਲੋਕਾਂ ਤੋਂ ਵੋਟਾਂ ਮੰਗਣਾ ਹੀ, ਨਹੀਂ ਤਾਂ ਲੋਕਾਂ ਨੇ ਇੱਥੇ ਮੋਦੀ ਨੂੰ ਵੀ ਘੜਾ ਲੈਣਾ ਵਾ ਵੀ ਦੱਸ ਉਹ 8,000 ਕਰੋੜ ਸਾਡਾ ਕਿ ਉਹ ਹੱਕ ਰੱਖਿਆ ਹੋਇਆ। MP ਰਮਨੀਤ ਸਿੰਘ ਬਿੱਟੂ ਹੁਣ ਦਾ ਇਹ ਵੀ ਕਹਿਣਾ ਕਿ ਜਿਹੜੀ ਪੰਜਾਬ ਸਰਕਾਰ ਹੈ ਧੱਕਾ ਕਰ ਰਹੀ ਹੈ, ਜਿਹੜੇ ਰੇਹੜੀ ਫੜੀ ਵਾਲੇ ਨੇ ਉਹਨਾਂ ਕੋਲ ਜਿਹੜਾ ਕਾਰ ਵਿੱਚ ਨਾਲ 1,000 ਰੁਪਏ ਲੈ ਰਹੇ ਨੇ, ਅਤੇ ਅਮਿਤ ਸ਼ਾਹ ਅਤੇ ਮੋਦੀ ਜਿਹੜੀ ਫੋਟੋ ਹੈ ਉਹ ਲਗਾਈ ਹੈ ਰੇਹੜੀ ਦੇ ਉੱਤੇ, ਕੋਈ ਵੀ ਰੁਪਈਏ ਨਹੀਂ ਲੱਗੂ ਨਾ ਕੋਈ ਕਾਰ ਵਿੱਚ ਨਾਲ ਤੰਗ ਕਰੂਗਾ, ਉਹਦੇ ਫਿਰ ਤੁਹਾਡਾ ਕਹਿਣਾ? ਬਿੱਟੂ ਨੂੰ ਕਹਿ ਤੂੰ ਵਿਚਕਾਰ ਆਪਣੀ ਫੋਟੋ ਲਾ ਕੇ ਅਤੇ ਮੋਦੀ ਦੀ ਅਤੇ ਅਮਿਤ ਸ਼ਾਹ ਦੀ ਲਾ ਕੇ ਪਿੰਡਾਂ 'ਚ ਤਾਂ ਜਾ, ਤੈਨੂੰ ਦੇਖ ਕਿੰਨੀ ਫੰਡ ਮਿਲਦਾ ਤੈਨੂੰ ਪਿੰਡਾਂ 'ਚ ਜਾ ਕੇ ਆ, ਇੰਨਾ ਪਿਆਰ ਕਰਦੇ ਫੰਡ ਮਿਲੂਗਾ ਉਹਨੂੰ। ਜਿੱਦਾਂ ਹੁਣ ਗੱਲ ਕਹੀ ਹੈ ਕਿ ਕੁੜਤੇ ਪਜਾਮੇ ਵਾਲੀ ਗੱਲ ਕਹੀ ਹੈ, ਉਹਦੇ ਬਾਰੇ ਥੋੜ੍ਹਾ ਕੀ ਕਹਿਣਾ? ਮੈਂ ਨਹੀਂ ਕਹਿ ਰਿਹਾ, ਲੋਕ ਕਹਿ ਰਹੇ ਆ, ਮੈਨੂੰ ਪਰਚੀਆਂ ਦਾ ਉਹ ਜਿਹੜਾ ਟੇਲਰ ਦੀ ਪਰਚੀ ਆ ਉਹਦੀਆਂ ਫੋਟੋਆਂ ਕਾਪੀ ਕਰ ਕਰਕੇ ਭੇਜਦੇ ਆ ਵਟਸਐਪ 'ਤੇ ਵੀ ਇਹ ਟੇਲਰਾਂ ਵੱਲੋਂ ਆ ਰਿਹਾ ਵਾ ਲੁਧਿਆਣੇ ਦੇ, ਜਿੰਨੇ ਸਿਲਾਈ ਮਾਸਟਰ ਆ ਸਾਡੇ ਵੀਰ ਉਹਨਾਂ ਨੂੰ ਕਿਸੇ ਨੇ ਮੈਸੇਜ ਪਾਇਆ ਵੀ ਇਹਦੇ ਕੁੜਤੇ ਪਜਾਮੇ ਨਾ ਸੀ ਦਿਓ, ਸਵਾਈ ਨਹੀਂ ਦਿੰਦੇ। ਕਿਹਦੇ? ਰਾਜਾ ਬੜਿੰਗ ਦੇ। ਪਿੱਛੇ ਵਾਇਰਲ ਵੀ ਹੋਈ ਸੀਗੀ ਇੱਕ ਚੰਡੀਗੜ੍ਹ ਮੋਹਾਲੀ ਦਾ ਇੱਕ ਟੇਲਰ ਸੀਗਾ, ਉਹੀ ਅੱਜ ਉਹੀ ਅੱਜ ਭੇਜ ਰਹੇ ਆ। ਅੱਛਾ ਜੀ, ਉਹਦੇ ਪਿੰਡ ਦਾ ਹੀ ਆ ਉੱਥੇ ਗਿੱਦੜਵਾਏ ਦੇ। ਤੇ ਹੁਣ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਮੁਕਾਬਲਾ ਕਿਹੜਾ ਹੋਣ ਵਾਲਾ ਹੈ, ਕਿ 3 ਜਿਹੜੇ ਕਾਂਗਰਸੀ ਹੈਗੇ ਨੇ ਆਮਨੇ ਸਾਹਮਣੇ ਹੋ ਜਾਣਗੇ, ਜਿਹੜੇ ਤੁਸੀਂ ਵੀ ਕਾਂਗਰਸੀ ਰਹੇ ਕਿਸੇ ਸਮੇਂ? ਮੈਂ ਝਾੜੂ ਦਾ ਵਾਂ, ਕਿਸੇ ਸਮੇਂ ਤਾਂ ਬਹੁਤ ਕੁਛ ਹੋਇਆ ਵਾ, ਕਿਸੇ ਸਮੇਂ ਦੇਸ਼ ਗੁਲਾਮ ਸੀ ਅੱਜ ਆਜ਼ਾਦ ਆ। ਇਹ ਸਮਿਆਂ ਦੀਆਂ ਗੱਲਾਂ ਨਾ ਕਰੋ, ਗੱਲ ਉਹ ਕਰੋ ਜਿਹੜੀ ਹੁੰਦੀ ਆ ਕਰਨ ਵਾਲੀ, ਕਦਮ ਕਰਾਂਗੇ ਲੜਾਂਗੇ, ਲੜਾਈ ਲੜਦੇ ਆ। ਹੌਟ ਸੀਟ ਇਸ ਸਮੇਂ ਬਣ ਚੁੱਕੀ ਹੈ ਲੁਧਿਆਣਾ ਪੂਰੇ ਪੰਜਾਬ ਦੀ। ਇਹਨਾਂ ਲਈ ਵੋਟ ਬਣ ਗਈ, ਸਾਡੇ ਲਈ ਵੋਟ ਨਹੀਂ, ਅਸੀਂ ਆਪਣੇ ਕੰਮ ਨੂੰ ਨੀਅਤ ਅਤੇ ਨੀਤੀ ਨਾਲ ਕੰਮ ਕਰ ਰਹੇ ਹਾਂ, ਸਾਡੇ ਲਈ ਇਹਨਾਂ ਲਈ
ਇਹ ਜੇ ਕੈਂਡੀਡੇਟਾਂ ਲਈ ਕੋਈ ਹੋਟ ਨਹੀਂ, ਲੋਕਾਂ ਨੇ ਹੀ ਦੱਸ ਦੇਣਾ ਕਿੱਦਾਂ ਸੰਜੋਗ ਸਰ। ਅੱਜ ਭਰਵਾਂ ਵੱਡਾ ਹੁੰਗਾਰਾ ਮਿਲਿਆ ਵਾ, ਵੱਡੀ ਗਿਣਤੀ ਵਿੱਚ ਜਿਹੜੇ ਨੇ ਪਰਿਵਾਰ ਜਿਹੜੇ ਨੇ ਕਾਂਗਰਸ ਛੱਡਿਆ, ਆਪ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਨੇ, ਜੱਟੀ ਪਰਿਵਾਰ ਕਾਂਗਰਸੀ ਨਾਲ ਜਿਹੜੇ ਜੁੜੇ ਹੋਏ ਸੀ। ਦੇਖੋ ਅੱਜ ਬਹੁਤ ਵੱਡਾ ਖੁਸ਼ੀ ਦਾ ਦਿਨ ਹੈ ਕਿ ਮੇਰੇ ਬਹੁਤ ਸਤਿਕਾਰਯੋਗ ਅਮਰਜੀਤ ਸਿੰਘ ਸਿੱਕਰੀ, ਜਿਨ੍ਹਾਂ ਨਾਲ ਸਾਡਾ ਰਿਸ਼ਤੇਦਾਰੀ ਵੀ ਹੈ, ਇਹਨਾਂ ਨੇ ਅੱਜ ਰਵਾਇਤੀ ਪਰਿਵਾਰ ਸੀ ਕਾਂਗਰਸ ਪਾਰਟੀ ਦਾ, ਪਿਛਲੇ 60 ਸਾਲ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਸੀ, ਇਹਨਾਂ ਨੇ ਅੱਜ ਫੈਸਲਾ ਕਰਿਆ ਵੀ ਮੈਂ ਆਮ ਆਦਮੀ ਪਾਰਟੀ ਜੁਆਇਨ ਕਰਨੀ ਹੈ। ਇਹਨਾਂ ਨੂੰ ਦੇਖ ਕੇ ਉਦੋਂ ਵੀ ਪੁਰਾਣੇ ਤੋਂ ਪੁਰਾਣੇ ਪਰਿਵਾਰ, ਜਿਵੇਂ ਮੈਂ ਅਮਨਦੀਪ ਸ਼ਮੇ ਦੀ ਗੱਲ ਕਰੀਏ, ਹੋਰ ਬਹੁਤ ਵਿਗੇ ਮਾਰਕੰਡਾ ਜੀ ਜਿਹੜੇ ਕਿ ਹਰੇਕ ਸਟੇਜ ਨੂੰ ਕਾਂਗਰਸ ਦੀ ਨੂੰ ਸੰਭਾਲਦੇ ਨੇ, ਉਹਨਾਂ ਨੇ ਤੇ ਅੱਜ 100 ਦੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ, ਉਹਨਾਂ ਨੇ ਅੱਜ ਇਹ ਫੈਸਲਾ ਕਰਿਆ ਵੀ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰਨਾ। ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ ਤੇ ਮੋਹਰ ਲਾਉਣ ਕਰਕੇ, ਉਹਨਾਂ ਦੇ ਕੀਤੇ ਕੰਮਾਂ ਕਰਕੇ ਉਮੀਦਵਾਰ ਅਨਾਊਂਸ ਕੀਤਾ ਤੇ ਅੱਜ ਜਿਹੜੇ ਨੇ ਪਰਿਵਾਰ ਛੱਡ ਰਹੇ ਨੇ, ਕਿਹਦੇ ਨਾਰਾਜ਼ਗੀ? ਦੇਖੋ ਇਹ ਨਾਰਾਜ਼ਗੀ ਕਹਿ ਸਕਦੇ ਹਾਂ ਕਿ ਇੰਨੀ ਵੱਡੀ ਗਿਣਤੀ, ਇੰਨੇ ਇੱਥੇ ਪੁਰਾਣੇ ਕਾਂਗਰਸੀ ਬੈਠੇ ਹੋਣ ਤਾਂ ਫਿਰ ਇੱਕ ਬਾਹਰਲੇ ਜ਼ਿਲ੍ਹੇ 'ਚੋਂ ਲਿਆ ਕੇ ਬੰਦਾ ਲਾਉਣਾ, ਉਹ ਵੀ ਜਿਹੜੇ ਕਹਿੰਦੇ ਸੀ ਕਿ ਅਸ਼ੋਕ ਪਰਾਸ਼ਰ ਪੱਪੀ ਇੱਕ ਕਮਜ਼ੋਰ ਕੈਂਡੀਡੇਟ ਹੈ, ਉਹਨੂੰ ਇੰਨਾ ਕਮਜ਼ੋਰ ਹੈ ਪੱਪੀ ਵੀ ਉਹਨੂੰ ਲੜਾਉਣ ਵਾਸਤੇ ਜ਼ਿਲ੍ਹਾ ਪ੍ਰਦੇਸ਼ ਪ੍ਰਧਾਨ ਨੂੰ ਨਾਲ ਲੈ ਕੇ ਆਉਣਾ ਪਿਆ। ਇਹ ਆਪਣੀ ਗਲਤੀ ਦਾ ਖੜ ਜਾਂਦੇ, ਜੇ ਪੱਪੀ ਮਾੜਾ ਸੀ ਕੋਈ ਮਾੜੇ ਵਰਕਰ ਨੂੰ ਟਿਕਟ ਦੇ ਦਿੰਦੇ, ਪ੍ਰਦੇਸ਼ ਪ੍ਰਧਾਨ ਨੂੰ ਟਿਕਟ ਦੇ ਕੇ ਉਹਨਾਂ ਨੇ ਸਾਡਾ ਹੌਸਲਾ ਅਫਜਾਈ ਕਰੀ ਆ ਵੀ ਅਸ਼ੋਕ ਪਰਾਸ਼ਰ ਪੱਪੀ ਮਾੜਾ ਨਹੀਂ, ਇਹ ਬਹੁਤ ਤਕੜਾ ਅਤੇ ਹਰ ਪਾਸਿਓਂ ਤਕੜਾ, ਇਹ ਵੱਡੀ ਗਿਣਤੀ 'ਚ ਵੱਡੀ ਲੀਡ ਨਾਲ ਜਿਹੜੀ ਹੈ ਸੀਟ ਕੱਢ ਲਈ ਸਰਦਾਰ ਭਗਵੰਤ ਸਿੰਘ ਮਾਨ ਦੀ ਝੋਲੀ। ਇਸ ਇਲਾਕੇ ਵਿੱਚੋਂ ਮੈਂ ਸਮਝਦਾ ਵੀ ਕਾਂਗਰਸ ਦਾ ਸਫਾਇਆ ਸਮਝੋ, ਜਿਹੜੇ ਇੱਕਾ ਦੁੱਕਾ ਕਾਂਗਰਸੀ ਰਹਿ ਰਹੇ ਨੇ ਉਹ ਵੀ, ਉਹਨਾਂ ਦੇ ਵੀ ਫੋਨ ਆ ਗਿਆ, ਪੰਜ ਚਾਰ ਦਿਨਾਂ ਵਿੱਚ ਤੁਹਾਨੂੰ ਹੋਰ ਖਬਰ ਦੇਵਾਂਗੇ। ਇੱਥੇ ਗੁਲਾਟੀ ਸਾਹਿਬ ਬੈਠੇ ਨੇ, ਇਹ ਸਾਰੇ ਸੋਨੂੰ ਚਾਂਸਲ ਜੀ ਨੇ, ਇਹ ਸਾਰੇ ਅੱਜ ਸ਼ਾਮਿਲ ਹੋ ਰਹੇ ਨੇ, ਜਿਹੜੇ ਰਹਿ ਗਏ ਉਹ ਵੀ ਜਲਦੀ ਪਰਨੇ ਪਾ ਕੇ ਕਾਂਗਰਸ ਨੂੰ ਇੱਥੋਂ ਮੁਕਤ ਕਰ ਦੇ। ਕਾਂਗਰਸੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜਾ ਰਹੇ ਨੇ, ਅਤੇ ਮੈਂ ਰਾਜਾ ਜੀ ਦੇ ਵਾਸਤੇ ਤਾਂ ਇਹ ਗੱਲ ਕਹੂੰਗਾ ਵੀ ਨਜ਼ਾਰੇ ਲੈਣ ਨੂੰ ਤਾਂ ਬਿੱਟੂ ਹੋਣੀ ਸੀ, ਜਿਵੇਂ ਇੱਕ ਕਹਾਵਤ ਹੈ ਨਾ, ਡੰਡੇ ਖਾਣ ਨੂੰ ਬਾਂਦਰੀ, ਖਿੱਲਾਂ ਖਾਣ ਨੂੰ ਰਿੱਛ, ਅਤੇ ਹੁਣ ਰਾਜੇ ਬੜਿੰਗ ਨੂੰ ਇੱਥੇ ਕੀ ਬਿੱਟਿਆ ਜਾਣਾ ਯਾਰ, ਹੁਣ ਤਾਂ ਬਸ।